ਸੈਕਿੰਡ ਡੇ ਤੇ ਆਪਾਂ ਸੈਕਿੰਡ ਡੇ ਦੇ ਵਿੱਚ ਰੈਡ ਲੇਕ ਤੋਂ ਤੁਰਾਂਗੇ ਐਂਡ ਵੀ ਵਿਲ ਰੀਚ ਸੈਂਡੀ ਲੇਕ ਬਾਏ ਟੁਨਾਈਟ, ਸੋ ਲੈਟਸ ਗੋ। ਤੁਸੀਂ ਦੇਖ ਸਕਦੇ ਹੋ ਜੀ ਪਹਿਲੀ ਆਈਸ ਕਰੋਸਿੰਗ ਆ ਗਈ ਅਤੇ ਕਹਿੰਦੇ ਵੀ 10 ਕਿਲੋਮੀਟਰ ਦੀ ਆਈਸ ਕਰੋਸਿੰਗ ਹੈ ਅਤੇ 15 ਕਿਲੋਮੀਟਰ ਤੋਂ ਵੱਧ ਸਪੀਡ ਨਹੀਂ ਕਰਨੀ। ਅਤੇ ਇੱਕ ਟਰੱਕ ਆਲਰੇਡੀ ਆਈਸ ਦੇ ਉੱਤੇ ਚਲਾ ਗਿਆ, ਹੁਣ ਇਹ ਤੋਂ 500 ਮੀਟਰ ਦਾ ਜਾਂ ਕਿਲੋਮੀਟਰ ਦਾ ਫਾਸਲਾ ਰੱਖ ਕੇ ਫਿਰ ਮੇਰੀ ਵਾਰੀ ਆਊਗੀ। ਤੁਸੀਂ ਡਰਾਈਵ ਕਰ ਰਹੇ ਹੋ ਦੇਖ ਰਹੇ ਹੋ ਸਾਰੀ ਨਹਿਰ ਜੰਮੀ ਪਈ ਹੈ ਮੇਰੇ ਵੀਰੋ। ਇੱਕ ਟੋਟਲੀ ਡਿਫਰੈਂਟ ਐਕਸਪੀਰੀਅੰਸ, ਲੈਟ ਮੀ ਡੂ ਆਲ ਮਾਈ ਵਿੰਡੋਜ਼ ਡਾਊਨ। ਭਾਈ ਮੂਹਰੇ ਜਾ ਰਿਹਾ ਇੱਕ ਪਿੱਛੇ ਨੂੰ ਆਉਂਦਾ ਪਿਆ, ਇੱਥੇ ਤੇਜ਼ ਚਲਾਇਆ ਤਾਂ ਪਾਣੀ ਦੀਆਂ ਲਹਿਰਾਂ ਬਣ ਜਾਣੀਆਂ ਥੱਲੜੇ ਵਾਲੇ ਪਾਸੇ, ਐਂਡ ਆਈਸ ਬ੍ਰੇਕ ਹੋ ਸਕਦੀ ਹੈ ਅਤੇ ਮੇਰਾ ਟਰੱਕ ਵਿੱਚ ਦੱਸ ਸਕਦਾ। ਸੋ ਆਈ ਡੋਂਟ ਟੇਕ ਐਨੀ ਕਾਇੰਡ ਆਫ ਰਿਸਕ ਲਾਈਕ ਦੈਟ, ਬਟ ਰਾਈਟ ਨਾਓ ਮੈਂ ਬਹੁਤ ਸਲੋ ਪੇਸ 'ਤੇ ਚਲਾ ਰਿਹਾ ਤਾਂ ਕਿ ਰੁਕੇ ਵੀ ਨਾ ਟਰੱਕ 'ਚ, ਜ਼ਿਆਦਾ ਸਲੋ ਕਰਦਾ ਫਿਰ ਵੇਟ ਦੇ ਨਾਲ ਥੱਲੇ ਵੀ ਬਹਿ ਸਕਦਾ। ਸੋ ਹੈਵ ਟੂ ਡਰਾਈਵ ਵੈਰੀ ਵੈਰੀ ਕੇਅਰਫੁਲੀ ਲਾਈਕ ਇੱਧਰਲੇ ਬਸ ਸਾਰੀ ਬਰਫ਼ ਐਂਡ ਜਸਟ ਦਿਸ ਇਜ਼ ਦਾ ਪਲੇਸ ਯੂ ਨਾ ਜਿੱਥੇ ਰੋਡ ਟਰੱਕ ਚੱਲ ਸਕਦਾ। ਫੱਕ ਕ੍ਰੇਜ਼ੀ ਟਾਈਮ ਐਕਸਪੀਰੀਅੰਸ ਆ ਲਾਈਫ ਦਾ ਮੇਰਾ, ਯੂ ਨੋ ਆਈ ਡੋਂਟ ਨੋ ਕਦੋਂ ਮੌਕਾ ਮਿਲੇਗਾ ਫਿਊਚਰ ਦੇ ਵਿੱਚ, ਯੂ ਨੈਵਰ ਨੋ, ਬਟ ਲਾਈਕ ਆਈ ਐਮ ਸੁਪਰ ਸੁਪਰ ਐਕਸਾਈਟਿਡ ਐਂਡ ਹੌਸਲਾ ਜਿਹਾ ਰੱਖ ਕੇ ਮੈਂ ਤੁਰ ਰਿਹਾ, ਬਟ ਯੂ ਨੋ ਇਟਸ ਰੀਅਲੀ ਰੀਅਲੀ ਨਾਈਸ। ਸੋ ਸਾਡੇ ਟਰੱਕਸ ਰਾਈਡ ਨਾਲ ਸਲੋ ਹੋ ਗਏ ਬਿਕੋਜ਼ ਜਿਹੜਾ ਇੱਕ ਉਹ ਵਾਲਾ ਟਰੱਕ ਤੁਸੀਂ ਦੇਖ ਸਕਦੇ ਹੋ ਕਿ ਨਹੀਂ, ਆਈ ਡੋਂਟ ਨੋ ਇਟਸ ਰਾਈਟ ਲਾਈਕ ਐਟ ਦ ਫਰੰਟ, ਉਹ ਵੀ ਸਲੋ ਹੋ ਗਿਆ ਅਤੇ ਉਹਦੇ ਕਰਕੇ ਸਾਨੂੰ ਰੁਕਣਾ ਪੈ ਗਿਆ। ਸੋ ਮੀਨਸ ਲਾਈਕ 7-8 ਦੀ ਸਪੀਡ 'ਤੇ ਮੈਂ ਜਾ ਰਿਹਾ, ਬਟ ਆਈ ਕੈਨਟ ਡਰਾਈਵ ਐਟ ਦੈਟ ਲੀਗਲੀ, ਸੋ ਮੈਨੂੰ ਵੇਟ ਥੋੜ੍ਹਾ ਜਿਹਾ ਹੋਰ ਸਲੋ ਕਰਨਾ ਪੈ ਰਿਹਾ ਟਰੱਕ ਨੂੰ। ਟੈਕਨੀਕਲੀ ਸਾਡੇ ਦੋਨਾਂ ਲਾਈਕ ਸਾਰੇ ਟਰੱਕਾਂ ਦੇ ਵਿੱਚ 500 ਤੋਂ ਲੈ ਕੇ ਕਿਲੋਮੀਟਰ ਦੇ ਵਿੱਚ ਡਿਫਰੈਂਸ ਹੋਣਾ ਚਾਹੀਦਾ, ਅਦਰਵਾਈਜ਼ ਲਾਈਕ ਯੂ ਨੋ ਬਰਫ਼ ਹੋ ਗਈ ਜਾਂ ਟੁੱਟਣ ਦੇ ਉਹਦੇ ਆਸਾਰ ਲਾਈਕ 99% ਹੋ ਜਾਂਦੇ ਆ। ਐਂਡ ਦੋ ਹੋਰ ਟਰੱਕ ਖੜ੍ਹੇ ਨੇ ਨੁੱਕਰ ਦੇ ਉੱਤੇ ਹੈ ਨਾ ਜਿੱਥੇ ਆਈਸ ਦੇ ਮਿਆਂ ਵਾਲੀ ਜਿਹੜੀ ਰੋਡ ਆ ਉਹ ਖਤਮ ਹੋ ਜਾਂਦੀ ਹੈ, ਉਹ ਸਾਡੀ ਵੇਟ ਕਰ ਰਹੇ, ਬਟ ਦੇ ਆਰ ਓਵਰ ਸਾਈਜ਼ਡ, ਸੋ ਆਮ ਟ੍ਰਾਇੰਗ ਟੂ ਸੀ ਹਾਊ ਇਟਸ ਗੋਇੰਗ ਟੂ ਬੀ ਯੂ ਨੋ। ਸੋ ਫਿਗਰ ਆਊਟ ਕਰਦੇ ਪਏ ਵੀ ਲੈਟਸ ਮੇਕ ਇਟ ਕੁਇਕ ਐਸ ਪੋਸੀਬਲ ਔਨ ਦਾ ਯੂ ਨੋ ਆਪਾਂ ਐਚ 'ਤੇ ਪਹੁੰਚੀਏ ਬਰਫ ਨਹਿਰ ਦੇ ਤਾਂ ਕਿ ਆਪਾਂ ਸੇਫਲੀ ਬਾਹਰ ਨਿਕਲ ਸਕੀਏ। ਉਹ ਇਕੱਲੇ ਸਾਡੇ ਟਰੱਕ ਹੀ ਨਹੀਂ, ਗੱਡੀਆਂ ਵੀ ਡਰਾਈਵ ਕਰਦੀਆਂ ਨੇ ਇਹਦੇ 'ਤੇ ਜੀ, 4-way ਫਲੈਸ਼ਰ ਆਨ ਕਰਕੇ ਬਈ ਮਗਰ ਅੱਗੇ ਪਿੱਛੇ ਕੋਈ ਨਾ ਆਇਓ। ਸੋ ਯੈਸ ਮਿੱਤਰੋ, ਡਨ ਹੋ ਗਿਆ ਆਪਣਾ ਅਚੀਵਮੈਂਟ ਅੱਜ। ਸੋ ਜਦੋਂ ਆਪਾਂ ਨਿਕਲ ਜਾਵਾਂਗੇ ਫਿਰ ਆਹ ਦੋ ਟਰੱਕ ਸਾਡੇ ਮੂਹਰੇ ਆ, ਮਤਲਬ ਆਈਸ 'ਤੇ ਆ ਜਾਣਗੇ। ਸੋ ਦੇ ਵੇਟਿੰਗ ਫੋਰ ਅਸ, ਸੋ ਆਪਣੀ ਵੇਟ ਕਰਦੇ ਪਏ ਟਰੱਕ ਦੋਨੋਂ,
ਐਂਡ ਆਪਾਂ ਡਨ ਹੋ ਗਏ ਜੀ ਆਲਮੋਸਟ ਆਪਣੇ ਸੀ ਤੋਂ ਸਟ੍ਰੈਚ ਤੋਂ। ਸੋ ਫਾਈਨਲੀ ਮਿੱਤਰੋ ਵੀ ਆਰ ਔਨ ਗਰਾਊਂਡ ਰਾਈਟ ਨਾਓ, ਤੁਹਾਨੂੰ ਦਿਖਾਉਂਦਾ। ਸੋ ਇਹ ਹੈਗੀ ਹੈ ਜ਼ਮੀਨ, ਪਹੁੰਚ ਗਏ ਆਪਾਂ ਜ਼ਮੀਨ ਦੇ ਉੱਤੇ। ਸੋ ਜਿਹੜੇ ਆਹ ਓਵਰ ਸਾਈਜ਼ ਲੋਡਸ ਨੇ ਹੈ ਨਾ, ਹੁਣ ਇਹ ਚੱਲੇ ਜੀ ਆਪਣੇ ਉਹਦੇ ਉੱਤੇ ਬਰਫ਼ ਦੇ ਉੱਤੇ ਐਂਡ ਵੀ ਆਰ ਪ੍ਰੀਟੀ ਮੱਚ ਡਨ ਫਰੋਮ ਦ ਰੈਸਟੋਰੈਂਟ। ਸੋ ਜਿਹੜਾ 25-30 ਕਿਲੋਮੀਟਰ ਵਾਲਾ ਸਟ੍ਰੈਚ ਸੀਗਾ ਆਪਣਾ ਯੂਨੋ ਆਈਸ ਰੋਡ ਵਾਲਾ, ਉਹ ਆਪਾਂ ਪਾਰ ਕਰ ਚੁੱਕੇ ਹਾਂ। ਹੁਣ ਅੱਗੇ ਜਾ ਕੇ 2-3 ਕਹਿੰਦੇ ਹੋਰ ਸਟ੍ਰੈਚ ਆਉਣੇ ਆਈਸ ਰੋਡ ਵਾਲੇ, ਹੋਪਫੁਲੀ ਦੇ ਵਿਲ ਬੀ ਐਜ਼ ਸਮੂਥ ਐਜ਼ ਦਿਸ ਵਾਸ। ਸੋ ਫਿੰਗਰਸ ਕ੍ਰੋਸਡ ਐਂਡ ਰੱਬ ਨੂੰ ਯਾਦ ਰੱਖਦੇ ਹੋਏ ਆਪਾਂ ਚੱਲੇ ਹਾਂ ਅੱਗੇ ਮੂਵ ਕਰਨ ਲੱਗੇ ਹਾਂ। ਸਾਈਡ ਤੋਂ ਰੁਕੇ ਹਾਂ ਜੀ ਮਿਡਲ ਆਫ ਦਾ ਲੇਕ, ਔਰ ਲਾਈਕ ਮਿਡਲ ਆਫ ਦਾ ਲੇਕ ਬਟ ਮਿਡਲ ਆਫ ਦਾ ਡਰਾਈਵ, ਬਿਕੋਜ਼ ਜਿਹੜਾ ਪਿੱਛੇ ਮੇਰਾ ਭਾਈ ਆਉਂਦਾ ਪਿਆ ਮਤਲਬ ਮਾਈ ਫਰੈਂਡ, ਸੋ ਉਹਦਾ ਟਰੱਕ ਸਲਾਈਡ ਕਰ ਰਿਹਾ ਐਂਡ ਹੁਣੀ ਜੈਕ ਨਾਈਫ ਹੋਣ ਤੋਂ ਬਚਿਆ। ਸੋ ਆਪਾਂ ਉਹਦਾ ਫਿਫਥ ਵੀਲ ਸਲਾਈਡ ਕਰਕੇ ਮੂਹਰੇ ਲੈ ਕੇ ਆਵਾਂਗੇ, ਫਿਫਥ ਵੀਲ ਜਿਹਦੇ ਨਾਲ ਟ੍ਰੇਲਰ ਕਨੈਕਟ। ਸੋ ਵੰਸ ਵੀ ਗੈਟ ਫਿਫਥ ਵੀਲ ਟੂ ਦਾ ਵੇ ਟੂ ਦਾ ਫਰੰਟ, ਤਾਂ ਉਹਦਾ ਸਾਰਾ ਵੇਟ ਜਿਹੜਾ ਆਊਗਾ ਉਹ ਆਪਣੇ ਸਟੇਅਰ ਐਕਸਲਾਂ ਤੇ ਆ ਜਾਊ। ਸੋ ਚੱਲੀ ਅੰਦਰ ਕਰਦੇ ਹਾਂ, ਕਰਦੇ ਹਾਂ ਸੈੱਟ ਫਿਫਥ ਵੀਲ। ਸਾਰੇ ਹਾਲ ਦੇਖ ਲਓ ਕਿੱਥੇ ਰੁਕੇ ਆਪਾਂ, ਮੈਨੂੰ ਸਿਰਫ ਇੱਕ ਚਿੜੀ ਦੇਖੀ ਹਜੇ ਤੱਕ ਦੇ। ਸਨੋ ਹੀ ਇੰਨੀ ਪੈ ਗਈ ਆ ਐਂਡ ਇਟਸ ਲਾਈਕ ਸਟਕ ਸੁਪਰ ਸਟਕ। ਬਾਈ ਦੇ ਟਰੱਕ ਦੀ ਸੈਟਿੰਗ ਕਰਵਾ ਕੇ ਆਪਾਂ ਬਹਿ ਗਏ ਫਿਰ ਦੁਬਾਰਾ ਤੋਂ ਟਰੱਕ ਦੇ ਵਿੱਚ, ਕੰਟੀਨਿਊ ਕਰੀਏ ਆਪਣਾ ਸਫ਼ਰ ਬੈਕ ਔਨ ਦਾ ਰੋਡ। ਇਹ ਜੇ ਸਾਈਨਸ ਲੱਗੇ ਹੋਏ ਨੇ ਜੀ ਹਰ ਪਾਸੇ ਇੱਧਰਲੇ ਏਰੀਏ ਦੇ ਵਿੱਚ, ਇਹ ਸਾਈਨਸ ਤੁਹਾਨੂੰ ਡਾਇਰੈਕਟ ਕਰ ਦਿੰਦੇ ਵੀ ਤੁਸੀਂ ਕਿੱਧਰਲੇ ਪਾਸੇ ਜਾਣਾ ਜਾਂ ਕਿਹੜੇ ਏਰੀਏ 'ਚ ਜਾਣਾ। ਸੋ ਯੂ ਨੀਡ ਟੂ ਟੇਕ ਦੋਜ਼ ਟਰਨਸ ਔਰ ਲਾਈਕ ਉਹ ਡਾਇਰੈਕਸ਼ਨਸ ਨੂੰ ਲਵੋ ਜਿੱਧਰ ਤੁਸੀਂ ਜਾਣਾ। ਸੋ ਆਪਾਂ ਜਾ ਰਹੇ ਹਾਂ ਸੈਂਡੀ ਲੇਕਾ 'ਚ, ਸੋ ਆਪਾਂ ਅੱਗੇ ਜਾ ਕੇ ਰਾਈਟ ਲੈ ਲੈਣਾ ਐਂਡ ਦੈਨ ਵੀ ਵਿਲ ਬੀ ਏਬਲ ਟੂ ਰੀਚ ਟੂ ਦਾ ਲੋਕੇਸ਼ਨ। ਸੋ ਨੋ ਗੂਗਲ ਮੈਪਸ, ਨੋ ਸੈੱਲ ਫੋਨਸ ਟੁਡੇ ਗਾਇਸ। ਸੋ ਰਾਈਟ ਨਾਓ ਆਪਾਂ ਸੈਕਿੰਡ ਸਟ੍ਰੈਚ ਤੇ ਪਹੁੰਚ ਗਏ ਜੀ ਆਈਸ ਦੇ। ਪਹਿਲਾਂ ਆਪਾਂ ਸਟ੍ਰੈਚ ਪਾਰ ਕਰ ਲਿਆ ਯੂ ਨੋ ਦੇਰ ਵਾਸ ਲਾਈਕ ਰਫਲੀ 20 ਕਿਲੋਮੀਟਰਸ। ਹੁਣ ਆਹ ਬਾਈ ਚੱਲਿਆ ਸਖੋ ਜਾ ਰਿਹਾ ਬਾਈ ਉੱਪਰ ਆਈਸ 'ਤੇ ਚੜ੍ਹ ਗਿਆ ਐਂਡ ਦੈਨ ਲੇਟਰ ਔਨ ਇਟ ਵਿਲ ਬੀ ਮਾਈ ਟਰਨ। ਮੈਨੂੰ ਪਹਿਲਾਂ ਘਰ ਦਿਖਿਆ ਇੱਥੇ, ਆਇਓ ਪਹਿਲਾਂ ਘਰ ਇੱਧਰਲੇ ਪਾਸੇ ਕਿਸੇ ਦਾ ਲੈਟਸ। ਸੋ ਬਾਈ ਪਹੁੰਚ ਗਿਆ, ਹੁਣ ਆ ਗਈ ਆਪਣੀ ਵਾਰੀ। ਸੋ ਆਪਾਂ ਚੱਲਦੇ ਜੀ ਆਈਸ ਰੋਡ ਦੇ ਉੱਤੇ ਬੈਕ, ਬਿਕੋਜ਼ ਇਟਸ ਆਲਮੋਸਟ ਲਾਈਕ ਉਹਨੂੰ ਕਿਲੋਮੀਟਰ ਹੋ ਗਿਆ ਮੇਰੇ ਤੋਂ ਪਰੇ ਗਏ ਨੂੰ। ਸੋ ਮੈਂ ਵੀ ਬਹੁਤ ਸਲੋਲੀ ਸਲੋਲੀ 10-15 ਕਿਲੋਮੀਟਰ ਦੀ ਸਪੀਡ 'ਤੇ ਜਾ ਰਿਹਾ ਐਂਡ ਇਹ ਰਿਚ ਸਟਾਰਟਸ ਗਾਈਜ਼। ਜਿੱਥੇ ਤੁਸੀਂ ਆਹ ਦੇਖ ਰਹੇ ਹੋ ਇਹ ਸਾਰੀ ਹੀ ਬਰਫ਼ ਜੰਮੀ ਹੋਈ ਆ ਅਗੇਨ। ਉਹਨਾਂ ਤੁਹਾਨੂੰ ਕ੍ਰੱਚ ਕ੍ਰੱਚ ਦੀ ਆਵਾਜ਼ ਆਉਂਦੀ ਵੀ ਹੈ ਕਿ ਨਹੀਂ, ਮੈਨੂੰ ਕ੍ਰੱਸ਼ ਦੀ ਆਵਾਜ਼ ਆ ਰਹੀ ਹੈ ਐਂਡ ਆਈ ਐਮ ਲਾਈਕ ਸੁਪਰ ਸਕੇਰੀ ਰਾਈਟ ਨਾਓ।
ਮੈਂ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਚੱਲ ਰਿਹਾ ਰਾਈਟ ਨਾਓ ਜੀ, ਟੂ ਮੱਚ ਸਕੇਅਰ ਨਹੀਂ ਕਾਣੇ ਵਿੱਚ ਚੱਲੀ ਹੋ, ਬਿਕੋਜ਼ ਮੈਨੂੰ ਕਰੈਕਲਿੰਗ ਦੀ ਆਵਾਜ਼ ਵਾਰ ਵਾਰ ਆਈ ਜਾਂਦੀ ਆ, ਸਮਥਿੰਗ ਇਜ਼ ਕਰੈਕਿੰਗ ਡਾਊਨ। ਬਸ ਹੋਰ ਰਹਿ ਗਿਆ ਆਪਾਂ ਉੱਥੇ ਤੱਕ ਪਹੁੰਚਣਾ, ਇੱਕ ਵਾਰੀ ਪਹੁੰਚੀਏ ਬਸ, ਇਸ ਤੋਂ ਬਾਅਦ ਮੈਂ ਨਹੀਂ ਦੱਬਦਾ। ਬਸ 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 ਪਹੁੰਚ ਗਏ ਜੀ, ਪਹੁੰਚ ਗਏ, ਆਖਰਲਾ ਰਹਿ ਗਿਆ ਬਸ ਚੰਦ ਕੁ ਸੈਕਿੰਡ, ਐਂਡ ਦੈਨ ਸ਼ੁਕਰ ਆ ਜੀ। ਸੋ ਫਾਈਨਲੀ ਧਰਤੀ ਦੇ ਉੱਤੇ ਆ ਗਏ ਜੀ ਆਪਾਂ, ਇਟਸ ਵਿੰਟਰ ਰੋਡ ਰਾਈਟ ਨਾਓ, ਨੋਟ ਅ ਆਈਸ ਰੋਡ। ਸੋ ਵਿੰਟਰ ਰੋਡ ਇਜ਼ ਓਕੇ ਦੈਨ ਦਾ ਆਈਸ ਰੋਡ, ਬਟ ਮੈਨੂੰ ਕੀ ਲੱਗ ਰਿਹਾ ਵੀ ਉਹਦੇ ਇੱਕ ਹੋਰ ਸਰਪ੍ਰਾਈਜ਼ ਮਿਲਦਾ ਪਿਆ। ਓਕੇ ਸੋ ਅਨਦਰ ਸਟ੍ਰੈਚ ਆਈਸ ਰੋਡ ਦਾ ਜੀ। ਓ ਮਾਈ ਗਾਡ, ਨੋ ਪਾਸਿੰਗ ਔਨ ਲੇਕ, ਦੇਖ ਲਓ ਜੀ, ਨੋ ਪਾਸਿੰਗ ਔਨ ਲੇਕ ਲਿਖਤਾ। ਸਤਨਾਮ ਸ਼੍ਰੀ ਵਾਹਿਗੁਰੂ, ਲੈਟਸ ਗੋ। ਤੀਜੀ ਲੇਕ ਦੇ ਉੱਤੇ ਚੜ੍ਹਨ ਲੱਗੀ ਜੀ ਆਪਾਂ, ਤੀਜੇ ਸਟ੍ਰੈਚ ਦੇ ਉੱਤੇ ਰਾਈਟ ਨਾਓ। ਆ ਗਿਆ ਬੈਕ ਔਨ ਦਾ ਲੇਕ, ਬਟ ਲਾਈਕ ਆਈ ਡੋਨਟ ਨੋ ਹਾਊ ਦੇ ਡੂ ਇਟ। ਸੋ ਸਾਡੇ ਟਰੱਕ ਕੰਪਨੀ ਦਾ ਇੱਕ ਉਹ ਜਾਂਦਾ ਪਿਆ ਜੀ, ਇਹ ਥੋੜ੍ਹੀ ਜਿਹੀ ਘੱਟ ਜੰਮੀ ਹੋਈ ਹੈ ਜੀ ਮੈਨੂੰ ਲੱਗਦੀ, ਬਿਕੋਜ਼ ਯੂ ਨੋ ਯੂ ਕੈਨ ਸੀ ਸਟਿਲ ਵਾਟਰ ਅੰਡਰ ਬਨੀਥ ਐਂਡ ਕਰੈਕ ਕਰ ਰਹੀ ਹੈ ਵੀ। ਸੋ ਇਹ ਤੀਜਾ ਸਟ੍ਰੈਚ ਹੈ ਜੀ ਆਪਣੇ ਪੂਰੀ ਜਰਨੀ ਦੇ ਵਿੱਚ ਆਈਸ ਰੋਡ ਦਾ, ਹੋਪਫੁਲੀ ਇਹ ਵੀ ਨਿਕਲ ਜੂਗਾ ਜਿਵੇਂ ਪਹਿਲੇ ਦੋ ਨਿਕਲ ਗਏ। ਬਸ ਰੱਬ ਨਹੀਂ ਭੁੱਲਦਾ ਪਿਆ ਰਾਈਟ ਨਾਓ, ਹਰ ਇੱਕ ਪਲ ਪਲ 'ਤੇ ਰੱਬ ਚੇਤੇ ਆ ਰਿਹਾ ਮੈਨੂੰ, ਬਸ ਮੈਨੂੰ ਲੱਗਦਾ ਸੀਗਾ ਕਿ ਆਪਾਂ ਵਿਨੀਪੈਗ ਰਹਿੰਦੇ ਹਾਂ ਹਨਾ, ਵੀ ਸਾਰਿਆਂ ਨਾਲੋਂ ਔਖੀ ਸਿਟੀ 'ਚ ਰਹਿ ਰਹੇ, ਮਤਲਬ ਔਖੀ ਇਨ ਸੈਂਸ ਵੈਦਰ ਹੋਰ, ਬਟ ਲੋਕੋ ਲਾਈਕ ਲੋਕੀ ਇੱਥੇ ਵੀ ਰਹੀ ਜਾਂਦੇ ਆ ਹਨਾ, ਲਾਈਕ ਆਲੇ ਦੁਆਲੇ ਕੋਈ ਸ਼ੋਪ ਨਹੀਂ ਹੈਗੀ, ਸਾਰੇ ਪਾਸੇ ਆਈਸ ਐਂਡ ਆਈਸ ਐਂਡ ਇੱਧਰ ਵੀ ਦੇਖ ਲਓ ਜਿਵੇਂ ਲੇਕਸ ਵੀ ਜੰਮੀਆਂ ਪਈਆਂ ਨੇ ਹਨਾ। ਸੋ ਇਟਸ ਲਾਈਕ ਜਨਤਾ ਕਿੱਥੇ ਕਿੱਥੇ ਨਹੀਂ ਬੈਠੀ, ਲਾਈਕ ਆਈ ਐਮ ਅਪ ਨੌਰਥ ਜਿੱਥੋਂ ਜਿਵੇਂ ਕੈਨੇਡਾ ਦੇ ਸਾਰਿਆਂ ਨਾਲੋਂ ਉੱਪਰਲੇ ਪਾਸੇ ਜਿਵੇਂ ਬਹੁਤ ਠੰਡ ਹੁੰਦੀ ਆ, ਐਂਡ ਸਟਿਲ ਪੀਪਲ ਆਰ ਲਿਵਿੰਗ ਓਵਰ ਹੇਅਰ, ਅਮੇਜ਼ਿੰਗ ਮੈਨ। ਲਾਈਕ ਮੈਂ ਦੇਖ ਸਕਦਾ ਵੇਅਰ ਹਾਊਸ ਬਣੇ ਹੋਏ ਆ ਲੋਕਾਂ ਦੇ, ਘਰ ਵੀ ਬਣੇ ਹੋਏ ਆ, ਲਾਈਕ ਅ ਲੋਟ ਆਫ ਥਿੰਗਸ ਯੂ ਨੋ। ਲਾਸਟ ਆਈ ਡੋਂਟ ਥਿੰਕ ਸੋ ਲਾਸਟ ਪਰ ਲਾਈਕ ਤੀਜੀ ਆਈਸ ਲੇਕ ਜਿਹੜੀ ਜੰਮੀ ਹੋਈ ਸੀਗੀ ਪੂਰੀ ਆਈਸ ਦੇ ਨਾਲ। ਸੋ ਹੁਣ ਆਪਾਂ ਪਹੁੰਚ ਗਏ ਫਿਰ ਔਨ ਦਾ ਰੋਡ, ਔਨ ਦਾ ਪ੍ਰੋਪਰ ਪੱਧਰੀ ਰੋਡ। ਸੋ ਐਂਡ ਸਾਹ ਖੁਸ਼ ਕਰੇ ਥੋੜ੍ਹੇ ਜਿਹੇ, ਬਟ ਲਾਈਕ ਇਵੈਂਚੁਅਲੀ ਸਭ ਸਹੀ ਰਿਹਾ। ਵੈਲ ਚੌਥੀ ਲੇਕ ਆ ਗਈ ਜੀ, ਸੋ ਇਟਸ ਅਗੇਨ ਯੂ ਨੋ ਲੇਕ ਫਰੋਜ਼ਨ ਲੇਕ, ਐਂਡ ਆਈ ਨੋ ਵਟ ਟੂ ਡੂ। ਮੈਂ ਉਹਨੇ ਬ੍ਰੇਕ ਲੈ ਕੇ ਹਟਿਆ, ਐਂਡ ਆਈ ਐਮ ਲਾਈਕ ਸੁਪਰ ਸਲੀਪੀ ਰਾਈਟ ਨਾਓ, ਮੈਨੂੰ ਨੀਂਦ ਜੀ ਆਈ ਜਾਂਦੀ ਆ, ਬਟ ਲਾਈਕ
ਚੁਇੰਗਾ ਮੂੰਹ 'ਚ ਪਾ ਲਈ, ਮੈਂ ਪਾਣੀ ਪੂਣੀ ਪੀ ਲਿਆ, ਆਮ ਲਾਈਕ ਸੋਣਾ ਨਹੀਂ ਗਾ ਮਿਲਣ, ਜੋ ਮਰਜ਼ੀ ਹੋ ਜਾਏ। ਸੋ ਯੈਸ ਮੈਨ, ਗੋਇੰਗ ਥਰੂ ਦਾ ਲੇਕ ਫੋਰ ਲੇਕ ਆਫ ਦਾ ਡੇ, ਹੋਪ ਜਿਵੇਂ ਤਾਂ ਨੰਗੀਆਂ ਉਵੇਂ ਹੀ ਨੰਗੇ। ਇਟਸ ਲਾਈਕ ਫੋਰਥ ਲੇਕ ਰਾਈਟ ਨਾਓ, ਅਤੇ ਠੀਕ ਹੈ, ਥੋੜ੍ਹਾ ਐਕਸਪੀਰੀਅੰਸ ਹੋ ਗਿਆ ਅੱਗੇ ਨਾਲੋਂ, ਸੋ ਆਈ ਐਮ ਲਾਈਕ ਚਿਲ, ਬਟ ਯੂ ਨੋ ਤਾਂ ਜਿਵੇਂ ਸ਼ੀਸ਼ਾ ਨਹੀਂ ਹੁੰਦਾ, ਸ਼ੀਸ਼ਾ ਉਵੇਂ ਬਣਿਆ ਪਿਆ ਬਿਲਕੁਲ ਹੀ, ਪਰ ਇਹ ਵਾਲੀ ਲੇਕ ਥੋੜ੍ਹੀ ਉੱਬੜ ਖਾਪੜ ਜਿਹੀ ਬਣੀ ਹੋਈ ਹੈ, ਬਿਕੋਜ਼ ਪਤਾ ਨਹੀਂ ਕਿਉਂ ਇਹ ਕੁੱਡ ਬੀ ਲਾਈਕ ਯੂ ਨੋ ਹਜੇ ਵੀ ਥੋੜ੍ਹੀ ਕੱਚੀ ਹੋਵੇ, ਬਟ ਨੈਵਰ ਨੋ। ਫੱਕ, ਲਾਈਕ ਲਿਟਰਲੀ ਪਾਣੀ ਨਿਕਲਿਆ ਬਾਹਰ, ਮੈਂ ਸੁਪਰ ਸੁਪਰ ਸਕੇਅਰਡ। ਲਾਈਕ ਤਰੇੜਾਂ ਦਿਖਦੀ ਹੈ ਵੀ ਤੁਹਾਨੂੰ, ਤੁਹਾਨੂੰ ਦਿਖਦਾ ਬਈ, ਆਈ ਡੋਂਟ ਨੋ ਇਫ ਯੂ ਕੈਨ ਸੀ ਇਟ ਔਰ ਨੋਟ, ਪਰ ਲਾਈਕ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਥੱਲਿਓ, ਸੋ ਆਈ ਨੀਡ ਟੂ ਮੂਵ ਕੁਇਕਲੀ ਐਸ ਪੋਸੀਬਲ, ਬਿਕੋਜ਼ ਆ ਸਾਰਾ ਪਾਣੀ ਬਾਹਰ ਨਿਕਲਣਾ ਆ ਗਿਆ, ਉਵੇਂ ਟਾਇਰ ਗਿੱਲੇ ਹੋਣੇ ਸ਼ੁਰੂ ਹੋ ਗਏ। ਲੈਕਚਰ ਬਹੁਤ ਜ਼ਿਆਦਾ ਫਰੈਸ਼ ਆਈਸ ਹੈ, ਆਈ ਨੀਡ ਟੂ ਗੋ ਕੁਇਕਲੀ ਐਸ ਪੋਸੀਬਲ, ਇੱਧਰੋਂ ਫਟਾਫਟ ਨਿਕਲਣਾ ਪੈਣਾ, ਅਦਰਵਾਈਜ਼ ਫੱਕ ਅਪ ਹੋ ਜਾਣਾ ਸਭ ਕੁਛ। ਲੈਟਸ ਗੋ ਕੁਇਕਲੀ ਗਾਇਸ। ਆਈਸ ਦੀ ਤਰੇੜਾਂ ਨੇ, ਸੋ ਹੈਵ ਟੂ ਬੀ ਵੈਰੀ ਵੈਰੀ ਕੇਅਰਫੁਲ। ਡੈਮ ਮੈਨ, ਮੈਂ ਪੰਪ ਲਾਇਆ ਹੋਇਆ ਆਲਰੇਡੀ ਪਾਣੀ ਕੱਢਣ ਨੂੰ, ਪੰਪ ਉੱਪਰ ਇਫ ਯੂ ਕੈਨ ਸੀ ਇਹ ਪਾਣੀ ਉੱਪਰ ਪੰਪ ਕਰਦੇ ਪਿਆ ਤਾਂ ਕਿ ਇਹ ਜੰਮ ਜਾਵੇ, ਸੋ ਇਟਸ ਗੋਇੰਗ ਟੇਕ ਅ ਵਾਈਲ ਜੰਮਣ ਨੂੰ, ਬਟ ਫੱਕ ਕਰੇਜ਼ੀ ਮੈਨ, ਮੈਨੂੰ ਫਟਾਫਟ ਨਿਕਲਣਾ ਹੀ ਪੈਣਾ ਇੱਧਰੋਂ, ਬਿਕੋਜ਼ ਦਿਸ ਯੂ ਕੈਨ ਸੀ ਇਹ ਆਈਸ ਬਣਿਆ ਨਹੀਂ ਹਜੇ, ਲਾਈਕ ਇਟ ਸਟਿਲ ਨੀਡਸ ਟੂ ਬੀ ਆਈਸ ਸਟਫ, ਐਂਡ ਦਿਸ ਇਜ਼ ਦਾ ਹੋਲ ਥਿੰਗ, ਦਿਸ ਇਜ਼ ਦਾ ਵਾਟਰ ਦੇ ਪੰਪਿੰਗ ਅਪ, ਸੋ ਇਹ ਆਈਸ ਜੰਮ ਜਾਣੀ ਸਾਰੀ ਇਹਦੇ ਉੱਤੇ, ਫਿਰ ਆਪਾਂ ਨਿਕਲੀਏ ਫਟਾਫਟ। ਸੀ ਦਿਸ ਥਿੰਗ, ਫਾਈਨਲੀ ਜੀ ਦਿਸ ਇਜ਼ ਡਨ ਐਜ਼ ਵੈਲ, ਸੋ ਆਪਣਾ ਚੌਥੀ ਲੇਕ ਵੀ ਟੱਪੀ ਗਈ, ਹੁਣ ਚੱਲਦੇ ਹਾਂ ਔਨ ਦਾ ਬੈਕ ਟੂ ਦਾ ਸੇਫਰ ਲੈਂਡ। ਇਹ ਵਾਲੀ ਲੇਕ ਥੋੜ੍ਹੀ ਮੈਨੂੰ ਜ਼ਿਆਦਾ ਰਿਸਕੀ ਲੱਗੀ, ਬਿਕੋਜ਼ ਲਾਈਕ ਸ਼ਿਟ ਦੇ ਵਰ ਸਟਿਲ ਪੰਪਿੰਗ ਦਾ ਵਾਟਰ, ਸੋ ਜਿਹੜਾ ਪੰਪ ਤੁਹਾਨੂੰ ਦਿਖਾਇਆ ਬੈਕ ਇਨ ਦਾ ਕਲਿੱਪ ਹੈ ਨਾ, ਉਹ ਕੀ ਕਰਦੇ ਪਾਣੀ ਦੇ ਵਿੱਚ ਪਾ ਲੈਂਦੇ ਇੱਕ ਪੰਪ ਨੂੰ, ਅਤੇ ਉਹਦੇ ਰਾਹੀਂ ਪੰਪ ਕੱਢ ਕੇ ਪਾਣੀ ਬਾਹਰ ਲੇਕ ਦੇ ਉੱਪਰ ਸੁੱਟਦੇ ਰਹਿੰਦੇ ਤਾਂ ਕਿ ਪਾਣੀ ਫਰੋਜ਼ ਹੋ ਜਾਵੇ। ਹੁਣ ਜਿਹੜਾ ਐਕਸਟਰਾ ਪਾਣੀ ਥੱਲੇ ਪਿਆ
ਉਹ ਫਰੀਜ਼ ਤਾਂ ਹੋ ਨਹੀਂ ਸਕਦਾ ਇੰਨਾ ਈਜ਼ਲੀ ਜਿੰਨਾ ਉੱਪਰਲਾ ਫਰੀਜ਼ ਹੋ ਸਕਦਾ, ਬਿਕੋਜ਼ ਉੱਪਰ ਹੈਗਾ -20 degrees. ਸੋ ਯੈਸ ਇਹ ਕਰਦੇ ਪਏ ਸੀ ਲਾਈਕ ਸਟਿਲ. ਸੋ ਇਹਦਾ ਮਤਲਬ ਕਿ ਉਹ ਲੇਕ ਫਰੋਜ਼ਨ ਨਹੀਂ ਸੀ ਰਾਈਟ ਨਾਓ ਐਕਚੁਅਲੀ 100%. ਸੋ ਦੇ ਵਰ ਸਟਿਲ ਵਰਕਿੰਗ ਔਨ ਇਟ, ਬਟ ਮੇਰਾ ਥੋੜ੍ਹਾ ਜਿਹਾ ਮੈਂ ਘਬਰਾ ਗਿਆ ਸੀਗਾ, ਬਟ ਇਵੈਂਚੁਅਲੀ ਆਪਾਂ ਲੇਕ ਕਰ ਲਈ ਕਰੋਸ, ਹੁਣ ਪਹੁੰਚ ਗਿਆ ਲੈਣ ਦੇ ਉੱਤੇ. ਐਂਡ ਰਹਿ ਗਿਆ ਘੰਟੇ ਦਾ ਰਾਹ, ਫਿਰ ਡਿਲੀਵਰੀ ਨਿਬੇੜ ਦੇਣੀ ਆ ਹੋਪਫੁਲੀ ਅੱਜ. ਸੋ ਸੂਰਜ ਢਲ ਚੁੱਕਿਆ ਜੀ, ਬਟ ਸਟਿਲ ਸਾਡੀ ਡਰਾਈਵ ਨਹੀਂ ਖਤਮ ਹੋਈ. ਇਟ ਵਾਜ਼ ਲਾਈਕ 300 kilometers ਦਾ ਸਟ੍ਰੈਚ ਸੀਗਾ ਸਿਰਫ, ਦੇਖ ਲਓ ਸਵੇਰੇ 8 ਵਜੇ ਸ਼ੁਰੂ ਕੀਤਾ ਸੀ, ਐਂਡ ਇਟਸ ਬੀਨ ਲਾਈਕ ਸ਼ਾਮ ਦੇ 6:30 ਹੋ ਚੱਲੇ, ਅਤੇ ਬੁਰੇ ਹਾਲ ਨੇ ਜੀ, ਜਮਾਂ ਵੀ ਨਹੀਂ. ਦੇਰ ਇਜ਼ ਨੋ ਹੋਪ ਕਿ ਆਪਾਂ ਕਦੋਂ ਪਹੁੰਚਣਾ. ਲਾਈਕ ਆਲ ਦਾ ਟਾਈਮ ਆਸ ਦਾ ਗਾਇਜ਼, ਉਹ ਮੈਨੂੰ ਦੱਸਦਾ ਬਾਈ ਘੰਟਾ 2 ਘੰਟੇ, ਬਟ ਸਟ੍ਰੈਚ ਬਹੁਤ ਲੰਬਾ ਜੀ, ਇਟਸ ਹਾਰਡ ਟੂ ਡਰਾਈਵ ਔਨ ਸਨੋ. ਸੋ ਫਾਈਨਲੀ ਆਪਾਂ ਪਹੁੰਚ ਗਏ ਲੋਕੇਸ਼ਨ 'ਤੇ, ਬਟ ਲੈਟ ਮੀ ਸ਼ੋਅ ਯੂ ਗਾਇਜ਼. So case closed, we'll stop and see what's happening here. Okay, so jivein tusi sunya radio te kehnda gate band hai, and gate kehda hai ga ji aa wala. So eh gate kade lagge ne tuhanu main dassda, itthe hai ki first nation reservation, matlab jehde bande itthe de jampal hai ge, matlab jehde canada indigenous people ne hana ohna de area pe deliver karna hai. So it's ਬਿਟ ਰਿਸਕੀ ਬਿਕੋਜ਼ ਇਹਨਾਂ ਦੇ ਮੂਡ ਥੋੜ੍ਹੇ ਮੂਡ ਸਵਿੰਗ ਤਕੜੇ ਹੁੰਦੇ ਨੇ, ਸੋ ਬਚ ਕੇ ਜਾਣਾ ਪੈਂਦਾ. ਐਂਡ ਇਹਨਾਂ ਦੇ ਅੰਦਰ ਜਾਣ ਲਈ ਯੂ ਨੀਡ ਟੂ ਗੋ ਥਰੂ ਮੈਨੀ ਮੈਨੀ ਗੇਟ ਚੈੱਕ, ਸੋ ਇਹ ਉਹਨਾਂ 'ਚੋਂ ਇੱਕ ਵਨ ਆਫ ਦੈਮ ਹੈ. ਐਂਡ ਵੀ ਆਰ ਗੋਇੰਗ ਇਨਸਾਈਡ ਰਾਈਟ ਨਾਓ. ਉਹ ਦੇਖ ਦਿਓ ਤੁਸੀਂ, ਬੰਦਾ ਆ ਗਿਆ ਇੱਕ ਚੈੱਕ ਕਰਨ ਆਲਰੇਡੀ ਬਾਈ ਨੂੰ. ਸੋ ਹੀ ਇਜ਼ ਆਲਰੇਡੀ ਗੈਟਿੰਗ ਪੇਪਰ ਵਰਕ ਫਰੋਮ ਹਿਮ, ਐਂਡ ਸੇਮ ਮੇਰੇ ਤੋਂ ਹੋਊਗਾ ਅਤੇ ਮਗਲੇ ਬਾਈ ਤੋਂ ਹੋਊਗਾ. ਸੋ ਵੈਰੀ ਮੱਚ ਦੈਟਸ ਹੈ, ਗੇਟ ਚੱਕ ਦੇਣਗੇ ਫਿਰ ਆਪਾਂ ਜਾਵਾਂਗੇ ਅੰਦਰ. Let's see how it goes. ਸੋ ਇਹ ਸਾਡੇ ਤੋਂ ਰਾਈਟ ਨਾਓ ਭਰਾਉਂਦੇ ਪਏ ਨੇ ਫਾਰਮ, ਇਨਵੀਟੇਸ਼ਨ ਫਾਰਮ ਜੋ ਵੀ ਕਹਿੰਦੇ ਆ. ਸੋ ਸ਼ੀ ਇਜ਼ ਕੈਰਿੰਗ ਮੀ ਵਨ ਰਾਈਟ ਨਾਓ. ਹਾਏ ਯਾ ਆ, ਸੋ ਫਿਲਿੰਗ ਦਾ ਬਾਟਮ ਪੋਰਸ਼ਨ ਐਸ ਵੈਲ. ਯਾ ਓਕੇ, ਆਈ ਵਿਲ ਗੋ. Policeman, just skip, I would say. What? I felt it now. He said not to. I filled it up now. We'll fix it later. Fuel. Yeah, here you go. Okay, we'll fix it later. Yeah, definitely. Here you go, thank you. Okay, sorry about that. No, it's okay. ਸੋ ਬਿੱਲ ਆਫ ਲੇਡਿੰਗ ਸਾਰੀ ਇਨਫੋਰਮੇਸ਼ਨ ਆਪਣੇ ਤੋਂ ਲੈ ਗਏ ਨੇ ਹੁਣੇ. ਸੋ ਨਾਓ ਵੀ ਗੋਨਾ ਗੋ ਇਨਸਾਈਡ ਐਂਡ ਦੇਖੀਏ ਬਈ ਕੀ ਬਣਦਾ. ਟੂ ਮੱਚ ਪੇਪਰ ਵਰਕ ਗੋਇੰਗ ਔਨ ਰਾਈਟ ਨਾਓ. ਇਹਨਾਂ ਦੀ ਪੂਰੀ ਜ਼ੈਡ ਸਿਕਿਉਰਿਟੀ ਹੁੰਦੀ ਹੈ, ਇਹਨਾਂ ਨੇ ਲਾਈਕ ਇਹਨਾਂ ਦੀ ਕੋਈ ਪੁਲਿਸ ਵਗੈਰਾ. ਸੋ ਗੇਟ ਚੱਕ ਰਿਹਾ ਇਹਨਾਂ ਨੇ, ਐਂਡ ਵੀ ਆਰ ਗੋਇੰਗ ਇਨਸਾਈਡ ਫਾਈਨਲੀ ਦ ਸੈਂਡੀ ਲੇਕ. ਯੂਨੋ ਮੈਂ ਇੱਕ ਚੀਜ਼ ਓਬਜ਼ਰਵ ਕੀਤੀ, ਜਿਵੇਂ ਹੁਣ ਮੈਂ ਅਪ ਨੌਰਥ ਆਇਆ ਫਸਟ ਨੇਸ਼ਨ ਵਾਲੇ ਇਲਾਕੇ 'ਚ, ਸੋ ਇਹਦੇ ਵਿੱਚ ਕਿਸੇ ਨੂੰ ਵੀ ਵੜਨ ਨਹੀਂ ਦਿੰਦੇ ਐਕਸੈਪਟ ਜੇ ਤੁਸੀਂ ਡਿਲੀਵਰੀ ਵਗੈਰਾ ਕਰਨ ਆਏ ਹੋ,
ਅਦਰ ਦੈਨ ਦੈਟ ਤੁਸੀਂ ਇੱਥੇ ਆ ਨਹੀਂ ਸਕਦੇ ਅੰਟਿਲ ਅਨਲੈਸ ਯੂ ਆਰ ਅ ਫਸਟ ਨੇਸ਼ਨ ਪੀਪਲ। ਸੋ ਆਪਾਂ ਇੱਥੇ ਆਏ ਹਾਂ ਐਂਡ ਬੰਦੇ ਇੰਨੇ ਕੁ ਕੂਲ ਨੇ, ਇੰਨੇ ਕੁ ਚਿੱਲ ਨੇ ਐਂਡ ਇੰਨੇ ਕੁ ਵਧੀਆ ਪੋਲਾਈਟ। ਸੋ ਇਟਸ ਲਾਈਕ 10/10 ਬੰਦੇ ਨੇ, ਬਹੁਤ ਘੈਂਟ ਇੰਟਰੋਡਕਸ਼ਨ ਹੀ ਬੜੀ ਘੈਂਟ ਹੋ ਗਈ। ਸੋ ਹੁਣ ਚੱਲਦੇ ਹਾਂ ਡਿਲੀਵਰੀ ਲੋਕੇਸ਼ਨ 'ਤੇ, ਫਿਰ ਦੇਖ ਰਹੇ ਹਾਂ ਅੱਗੇ ਕਿਹੋ ਵਿਵਹਾਰ ਹੁੰਦਾ, ਕਿਵੇਂ ਦਾ ਸਾਨੂੰ ਜਿਹਨੂੰ ਵਰਤਾਓ ਕੀਤਾ ਜਾਂਦਾ ਉਸ ਹਿਸਾਬ ਨਾਲ ਹੀ ਫਿਰ ਜਿਹਨੂੰ ਅਗਲਾ ਗੇੜਾ ਲਾਇਆ ਜਾਊਗਾ। ਅਨਫੋਰਚੁਨੇਟਲੀ ਸਾਨੂੰ ਇੱਥੇ ਆ ਕੇ ਕੋਈ ਪਾਰਕਿੰਗ, ਮਤਲਬ ਪਾਰਕਿੰਗ ਇਨ ਦਾ ਸੈਂਸ ਕੋਈ ਬੰਦਾ ਨਹੀਂ ਮਿਲਿਆ ਜਿਹੜਾ ਸਾਨੂੰ ਅਨਲੋਡ ਕਰ ਸਕੇ। ਸੋ ਇੱਕ ਸੜਕ ਜਿਹਦੇ ਆ ਕੇ ਰੁਕੇ ਹਾਂ, ਐਜ ਯੂ ਕੈਨ ਸੀ ਇੱਕ ਟਰੱਕ ਮੂਹਰੇ ਆ ਅਤੇ ਇੱਕ ਟਰੱਕ ਪਿੱਛੇ ਆ ਅਤੇ ਇੱਕ ਬਾਈ ਉਹਨੀ ਆਏ ਨੇ ਹੈਲਪ ਕਰਨ ਲਈ। ਸੋ ਇਹਨਾਂ ਨੇ ਸਾਨੂੰ ਦਿਖਾਉਣਾ ਵੀ ਰਾਊਂਡ ਬੋਰਡ ਕਿੱਥੇ, ਸਾਡੇ ਕੋਲ ਨਾ ਵਾਈਫਾਈ ਹੈ ਐਂਡ ਨਾ ਸੈੱਲ ਫੋਨ ਚੱਲਦੇ ਪਏ ਆ, ਬਿਕੋਜ਼ ਇੱਥੇ ਪਤਾ ਨਹੀਂ ਕਿ ਉਹ ਐਂਟੀਨੇ ਹੀ ਨਹੀਂ ਹੈਗੇ ਬਿਲਕੁਲ ਵੀ। ਬਟ ਲੱਕੀਲੀ ਕਹਿੰਦੇ ਵੀ ਇੱਥੇ ਏਅਰਪੋਰਟ ਦੇ ਕੋਲ ਤੁਹਾਨੂੰ ਵਾਈਫਾਈ ਮਿਲ ਜੂਗਾ। ਸੋ ਵੀ ਕੋਨਾ ਪਾਰਕ ਓਵਰ ਦੇਅਰ ਓਵਰ ਨਾਈਟ, ਫਿਰ ਸਵੇਰੇ ਉੱਠ ਕੇ ਦੇਖਾਂਗਾ ਵੀ ਕੀ ਸੀਨ ਬਣਦਾ ਕਿ ਨਹੀਂ। ਸੋ ਆ ਗਏ ਪਾਰਕ ਕਰਤਾ ਜੀ ਸੈਂਡੀ ਲੇਕ ਏਅਰਪੋਰਟ ਦੇ ਉੱਤੇ, ਇਹਨਾਂ ਦਾ ਵਿਚਾਰਾ ਤਾਂ ਛੋਟਾ ਜਿਹਾ ਇੱਕ ਏਅਰਪੋਰਟ ਆ। ਵੀ ਆਰ ਪਾਰਕ ਰਾਈਟ ਨਾਓ ਐਂਡ ਹੁਣ ਇੱਥੇ ਆ ਕੇ ਸਟੇ ਟੂ ਦਾ ਰਾਈਟ ਸੋ ਟ੍ਰੈਫਿਕ ਕੈਨ ਕਮ ਥਰੂ ਹੇਅਰ, ਵੀ ਆਰ ਵੇਟਿੰਗ ਹੇਅਰ ਰਾਈਟ ਨਾਓ 10-4। ਸੋ ਬਾਈ ਕਹਿੰਦਾ ਰਾਈਟ ਤੇ ਪਾਰਕ ਰੱਖੋ ਬਿਕੋਜ਼ ਇੱਥੇ ਵੀ ਜਗ੍ਹਾ ਨਹੀਂ ਹੈਗੀ। ਕੈਨ ਯੂ ਮੂਵ ਅ ਲਿਟਲ ਬਿਟ ਫਾਰਵਰਡ ਸੋ ਆਈ ਕੈਨ ਲੈਟ ਦ ਟ੍ਰੈਫਿਕ ਮੂਵ ਬਿਕੋਜ਼ ਆਮ ਬਲੌਕਿੰਗ ਦ ਵੇ 10-4। ਥੋੜਾ ਮੂਵ ਕਰ ਲਿਆ ਮਗਰ ਬਾਈ ਆਪਣਾ ਖੜਾ ਹੋਇਆ ਹੈ ਨਾ। ਸੋ ਸਟਿਕ ਟੂ ਯੂਰ ਰਾਈਟ ਹੇਅਰ, ਕੀਪ ਦ ਡਰਾਈਵਵੇ ਅਵੇਲੇਬਲ ਐਂਡ ਸੋ ਦੇ ਆਰ ਕਾਰਸ ਇਨ ਦ ਪਾਰਕਿੰਗ ਲੋਟ ਰਾਈਟ ਨਾਓ ਬਟ ਅਪੀਰੈਂਟਲੀ this will probably be the last flight that's going tonight and they're all going to disappear and then we get the whole lot for ourselves. Are you good back there? Yep. So up up aake park karta ji Sandy Lake airport de utte. Look at that perimeter guest. Small airport over here, you know. Te ithe airport te parkna because we can get a wifi over here. ਸੋ ਰਾਤੀ ਇੱਥੇ ਹੀ ਰੁਕਾਂਗੇ ਅਤੇ ਸਵੇਰੇ ਉੱਠ ਕੇ ਫਿਗਰ ਆਊਟ ਕਰਾਂਗੇ ਕਿੱਥੇ ਫਸ ਗਿਆ ਸੀ। ਐਨੀਵੇਜ਼ ਲੈਟਸ ਗੈਟ ਦ ਵਾਈਫਾਈ ਐਂਡ ਏਅਰਪੋਰਟ ਦਿਖਾ ਦਈਏ। ਸੋ ਇਹ ਹੈਗੀ ਹੈ ਏਅਰਪੋਰਟ ਦੀ ਪਾਰਕਿੰਗ ਐਂਡ ਦੈਨ ਆ ਰਿਹਾ ਜੀ ਏਅਰਪੋਰਟ। ਸੋ ਯੂ ਡਾਇਰੈਕਟਲੀ ਗੋ ਐਂਡ ਸਿਟ ਇਨ ਟੂ ਦ ਫਲਾਈਟ, ਕਿਨ ਸੀ ਲੋਕ ਇੱਥੇ ਵੀ ਗੱਡੀਆਂ ਪਾਰਕ ਕਰਕੇ ਸਿੱਧਾ ਡਾਇਰੈਕਟ ਫਲਾਈਟ ਬੋਰਡ ਕਰਦੇ ਜੀ, ਕਿਨ ਸੀ ਗੱਡੀਆਂ ਹੋ ਜਾਣਾ ਕ੍ਰੇਜ਼ੀ ਕ੍ਰੇਜ਼ੀ।